ਸਤਿ ਸ਼੍ਰੀ ਅਕਾਲ ਜੀ। ਇਸ ਵਕਤ ਅਸੀਂ ਖੜ੍ਹੇ ਹਾਂ ਰਾਜ ਨਰਸਰੀ 'ਚ। ਜੇ ਇਸ ਨਰਸਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤੁਹਾਨੂੰ ਹਰ ਤਰ੍ਹਾਂ ਦੇ ਜਿਹੜੇ ਪੌਦੇ ਨੇ ਉਹ ਮਿਲ ਜਾਣਗੇ। ਸੋ ਸਾਵਣ ਦੀ ਜਿਹੜੀ ਰੁੱਤ ਚੱਲ ਰਹੀ ਹੈ, ਇਸ ਵਿੱਚ ਜਿਹੜਾ ਪੌਦੇ ਜਿਹੜਾ ਲਗਾ ਕੇ ਜਿਹੜਾ ਆ ਤੁਸੀਂ ਇਨਵਾਇਰਮੈਂਟ ਜਿਹੜਾ ਆ ਉਹਨੂੰ ਹਰਿਆ ਭਰਿਆ ਕਰ ਸਕਦੇ ਹੋ। ਜਿੱਥੇ ਹਰਿਆ ਭਰਿਆ ਹੁੰਦਾ ਉੱਥੇ ਹੀ ਫਲ ਵਾਲੇ ਔਰ ਕੁਝ ਫਰੂਟ ਵਾਲੇ ਜਿਹੜੇ ਪੌਦੇ ਉਹ ਵੀ ਲਗਾ ਸਕਦੇ ਹੋ। ਪਰ ਜਿਹੜਾ ਅੱਜ ਦਾ ਸਵਾਲ ਮੇਨ ਜਿਹੜਾ ਪੁੱਛਿਆ ਜਾ ਰਿਹਾ ਆ ਕਿ ਇਸ ਮੌਸਮ ਦੇ ਵਿੱਚ ਨਾਲ ਨਾਲ ਕੁਝ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ, ਅਤੇ ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਅਤੇ ਇੱਥੋਂ ਪੌਦੇ ਨੂੰ ਕਿਸ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ। ਗੱਲਬਾਤ ਕਰਨ ਵਾਸਤੇ ਰਾਜ ਨਰਸਰੀ ਦੇ ਓਨਰ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਭਾਅ ਜੀ, ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਇਸ ਮੌਸਮ? ਭਾਅ ਜੀ, ਇਸ ਫੰਗਸ ਵਗੈਰਾ ਲੱਗਦੀ ਪਈ ਆ ਬਰਸਾਤਾਂ, ਜਿੱਦਾਂ ਪੱਤਿਆਂ ਦੇ ਵਿੱਚ ਤਾਂ ਦੇਖੋ ਸੁਰਾਖ ਵਗੈਰਾ ਹੋ ਰਹੇ ਨੇ, ਇਹਨਾਂ ਦੇ ਆਪਾਂ ਕਾਫੀ ਸਾਰੇ ਮੈਡੀਸਨ ਵਗੈਰਾ ਇਹ ਯੂਜ਼ ਕਰਦੇ ਪਏ ਹਾਂ। ਅਲੱਗ ਅਲੱਗ ਤਰ੍ਹਾਂ ਦੀ ਵਰਾਇਟੀਆਂ ਨਵੀਂ ਨਵੀਂ ਕੰਪਨੀ ਵਿੱਚ ਆ ਰਹੀਆਂ ਇਸ ਟਾਈਮ, ਉਹ ਯੂਜ਼ ਕਰਦੇ ਪਏ ਹੈਗੇ ਹਾਂ। ਜਿੱਦਾਂ ਬੀਬੀ ਸਟੋਨ ਵਗੈਰਾ ਵੀ ਪਾ ਰਹੇ ਹੈਗੇ ਹਾਂ, ਔਰ ਆਪਣਾ ਖਾਦ ਵਗੈਰਾ, ਨਿੰਮ ਖਾਦ, DAP ਵਗੈਰਾ, ਇਹ ਸਭ ਕੁਝ ਯੂਜ਼ ਕਰਦੇ ਪਏ ਹੈਗੇ ਜੀ। ਘਰ ਦੇ ਵਿੱਚ ਆਪਾਂ ਪੌਦੇ ਜਿਹੜੇ ਆ ਜਿਹੜੇ ਆਪਾਂ ਲਾਏ ਹੋਏ ਆ, ਕਿੱਦਾਂ ਚੈੱਕ ਕਿੱਦਾਂ ਕਰੀਏ? ਕਿਤੋਂ ਸ਼ੁਰੂਆਤੀ ਤੌਰ 'ਤੇ ਜੇ ਆਪਾਂ ਇਹ ਬਿਮਾਰੀਆਂ ਜਿੱਦਾਂ ਮਨੁੱਖ 'ਚ ਹੁੰਦੀਆਂ ਨੇ ਫੜੀਆਂ ਜਾਣ ਤਾਂ ਉਹਦਾ ਹੱਲ ਹੋ ਜਾਂਦਾ ਹੈ, ਕਿ ਇਹ ਪੌਦਿਆਂ ਵਿੱਚ ਵੀ ਇਸੇ ਤਰ੍ਹਾਂ? ਹਾਂਜੀ ਹਾਂਜੀ ਬਿਲਕੁਲ ਜੀ, ਇਹ ਬਿਲਕੁਲ ਥੋੜ੍ਹੇ ਡਾਊਨ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਤੁਹਾਡੇ ਪੱਤਿਆਂ ਦੇ ਸੁਰਾਖ ਵਗੈਰਾ ਬਿਲਕੁਲ ਢਿੱਲਾਪਣ ਗਲਣੇ ਸ਼ੁਰੂ ਹੋ ਜਾਂਦੇ ਨੇ, ਔਰ ਵੀ ਕਾਫੀ ਸਾਰੀਆਂ ਵਰਾਇਟੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਸ਼ੁਰੂ ਹੋ ਜਾਂਦੀਆਂ ਸਰ ਜੀ। ਜਿਸ ਤਰ੍ਹਾਂ ਦਾ ਮੌਸਮ ਚੱਲ ਰਿਹਾ, ਕਿਉਂਕਿ ਬਾਰਿਸ਼ ਵਾਲਾ ਵੀ ਮੌਸਮ ਰਹਿੰਦਾ ਹੈ, ਅਤੇ ਅਜਿਹੇ ਮੌਸਮ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਇਸਤੇਮਾਲ ਹੈ ਕਿੰਨਾ ਕਰਨਾ ਚਾਹੀਦਾ ਹੈ, ਅਤੇ ਕਦੋਂ ਪਾਣੀ ਦੇਣਾ ਚਾਹੀਦਾ? ਪਾਣੀ ਸਰ ਜੀ ਬਿਲਕੁਲ ਡਰਾਈ ਹੋਣ 'ਤੇ ਪਾਣੀ ਦੇਣਾ ਚਾਹੀਦਾ, ਔਰ ਪਾਣੀ ਘੱਟ, ਬਰਸਾਤ ਦਾ ਪਾਣੀ ਬਿਲਕੁਲ ਘੱਟ ਲੱਗਣਾ ਚਾਹੀਦਾ। ਜਿਹੜੇ ਇੰਡੋਰ ਪਲਾਂਟ ਹੈਗੇ ਉਹਨਾਂ ਦਾ ਪਾਣੀ ਬਿਲਕੁਲ ਘੱਟ ਦਿਓ ਤੁਸੀਂ, ਔਰ ਜਿਹੜੇ ਆਊਟਸਾਈਡ ਪਾਣੀ ਹੈਗੇ ਉਹਨਾਂ ਨੂੰ ਪੌਦਿਆਂ ਤੋਂ ਗਮਲਿਆਂ ਤੋਂ ਖਾਲੀ ਕਰਕੇ ਰੱਖੋ, ਕਿਉਂਕਿ ਪਾਣੀ ਜਿੰਨਾ ਪਏਗਾ ਉਨ ਜਲਦੀ ਪਲਾਂਟ ਖਰਾਬ ਹੋਏਗਾ ਸਰ ਜੀ ਆਪਣਾ। ਕਿਹੜੇ ਪਲਾਂਟ ਜਿਹੜੇ ਨੇ ਅਸੀਂ ਇਸ ਮੌਸਮ ਦੇ ਵਿੱਚ ਲਗਾ ਸਕਦੇ ਹਾਂ? ਸਰ ਆਪਣੇ ਕੋਈ ਤਾਂ ਗੁਲਦੋਦੀ ਵਗੈਰਾ ਪਈ ਹੋਈ ਹੈ ਜੀ, ਔਰ ਐਗਲੋਨੀਮਾ ਹੈ, ਕਰੋਟਨਸ ਵਗੈਰਾ, ਐਗਲੋਨੀਮਾ, ਐਰਿਕਾ ਪਾਮ, ਕਰੋਟਨ, ਸਿਲਵਰ ਯੂਕਾ, ਚਾਈਨਾ ਪਾਮ, ਔਰ ਵੀ ਅਲੱਗ ਅਲੱਗ ਵਰਾਇਟੀਆਂ ਹੈਗੀਆਂ ਸਰ ਆਪਣੇ ਕੋਲ। ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਸ਼ਹਿਰਾਂ ਦੇ ਵਿੱਚ ਆਕਸੀਜਨ ਦਾ ਲੈਵਲ ਕਾਫੀ ਘੱਟ ਗਿਆ, ਆਕਸੀਜਨ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਪਲਾਂਟ ਨੇ, ਅਤੇ ਕਿਹੜੇ ਕਿਹੜੇ ਆਪਾਂ ਘਰ ਦੇ ਵਿੱਚ ਲਗਾ ਸਕਦੇ? ਆਕਸੀਜਨ ਦੇ ਵਿੱਚ ਦੇਖੋ ਆਪਣੇ ਤਾਂ ਐਰਿਕਾ ਪੰਪ ਚੱਲਦਾ ਹੁੰਦਾ, ਔਰ ਇੱਕ ਮਨੀ ਪਲਾਂਟ ਹੋ ਗਿਆ, ਔਰ ਸਨੇਕ ਪਲਾਂਟ ਹੁੰਦੇ ਨੇ। ਮਨੀ ਪਲਾਂਟ, ਸਨੇਕ ਪਲਾਂਟ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ, ਇੱਥੇ ਅਲੱਗ ਅਲੱਗ ਤਰ੍ਹਾਂ ਦੇ ਪਲਾਂਟ ਹੈ। ਹਰ ਪਲਾਂਟ ਵੈਸੇ ਤਾਂ ਕੋਈ ਨਾ ਕੋਈ ਜਿਹੜਾ ਆ ਉਹਦੇ ਵਿੱਚ ਗੁਣ ਜ਼ਰੂਰ ਹੁੰਦਾ ਆ, ਔਰ ਇਹ ਵੀ ਕਿਹਾ ਜਾਂਦਾ ਕਿ ਕੁਝ ਪਲਾਂਟ ਦੀ ਖੁਸ਼ਬੂ ਜਿਹੜੀ ਹੈ ਉਹ ਮਨੁੱਖੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਹੈ। ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਸਮੇਂ ਨਰਸਰੀ ਦੇ ਵਿੱਚ ਨਵੇਂ ਜਿਹੜੇ ਪੌਦੇ ਤੁਸੀਂ ਲਗਾ ਸਕਦੇ ਹੋ, ਤਾਂ ਜੋ ਸਰਦੀਆਂ ਦੇ ਵਿੱਚ ਜਿਹੜਾ ਤੁਸੀਂ ਫੁੱਲ ਵੇਖ ਸਕੋ। ਇਸ ਦੇ ਨਾਲ ਹੀ ਸ਼ੋਅ ਵਾਸਤੇ ਵੀ ਕੁਝ ਜਿਹੜੇ ਪੌਦੇ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ। ਇਹ ਉਹ ਪੌਦੇ ਨੇ ਜਿਹੜੇ ਸ਼ੋਅ ਵਾਲੇ ਨੇ, ਔਰ ਕੀ ਨਾਮ ਕੀ ਹੈ ਇਹਨਾਂ ਦੇ ਪਲਾਂਟਸ ਦਾ? ਇਹਨਾਂ ਸਰ ਇਹਨਾਂ ਦਾ ਕੋਈ ਜੈਡ ਪਲਾਂਟ ਹੈ, ਕੋਈ ਡਰਾਈਸੀਨਾ ਹੈ, ਕੋਈ ਡਿਫਨ ਬੇਚੀ ਹੈ, ਔਰ ਕੁਝ ਸੈਕੁਲੈਂਟਸ ਨੇ, ਕੰਪੈਕਟਾ, ਕਰੋਟਨ, ਔਰ ਆਪਣਾ ਵਿਕਟੋਰੀਆ, ਸੀ ਪੋਟੇ ਪਾਮ, ਰੋਜ਼ ਹੈਗਾ, ਮੋਟੀਆ ਕਲੀ ਹੈਗੀ ਆ, ਮੋਂਗਰਾ ਹੈਗਾ, ਚੰਪਾ ਵਗੈਰਾ, ਸਾਰੇ ਪਲਾਂਟਸ ਅਲੱਗ ਅਲੱਗ ਵਰਾਇਟੀ ਦੇ ਨਾਮ ਹੈਗੇ ਨੇ। ਅੱਛਾ, ਆਹ ਦੇਖੋ ਇੱਕ ਕਮਲ ਜਿਹਾ ਫੁੱਲ ਜਿਹਾ ਦਿਖ ਰਿਹਾ, ਕਿਹੜਾ ਪਲਾਂਟ? ਕਿਹੜਾ? ਇਹ ਲਕਸ਼ਮੀ ਕਮਲ ਸਰ। ਲਕਸ਼ਮੀ ਕਮਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ, ਇਹ ਲਕਸ਼ਮੀ ਕਮਲ ਦਾ ਇਹ ਦੇਖੋ ਬਿਲਕੁਲ ਹੀ ਤੁਸੀਂ ਦੇਖੋਗੇ ਝਾਤ ਮਾਰੋਗੇ ਧਿਆਨ ਦੇ ਨਾਲ ਤਾਂ ਬਿਲਕੁਲ ਉਸੇ ਤਰੀਕੇ ਦਾ ਕਮਲ ਹੈ। ਔਰ ਇਹਦੀ ਉਮਰ ਕਿੰਨੀ ਕੁ ਹੁੰਦੀ ਹੈ ਜੀ? ਸਰ ਆਲ ਟਾਈਮ ਹੈ, ਪਾਣੀ ਘੱਟ ਚਾਹੀਦਾ ਇਹਨੂੰ। ਇੱਕ ਆ ਸੈਕਲੋਨਸ ਦੀ ਵਰਾਇਟੀ, ਇਹਦੇ 'ਚ ਸਟਾਰ ਤਰ੍ਹਾਂ ਦਾ ਫਲਾਵਰਸ ਆਉਂਦਾ ਆਪਣਾ, ਔਰ ਇਹ ਆਲ ਟਾਈਮ ਚੱਲਦਾ, ਇਹਨੂੰ ਤੁਸੀਂ ਹੈਂਗ ਵੀ ਕਰ ਸਕਦੇ ਹੋ, ਹੋਰ ਅਲੱਗ ਅਲੱਗ ਤਰੀਕੇ ਨਾਲ ਤੁਸੀਂ ਜਿੱਦਾਂ ਤੁਸੀਂ ਤੁਹਾਨੂੰ ਪਸੰਦ ਲੱਗਦਾ ਉੱਦਾਂ ਤੁਸੀਂ ਰੱਖ ਸਕਦੇ ਹੋ ਇਹਨਾਂ ਨੂੰ। ਅੱਛਾ, ਇਹ ਪੌਦੇ ਇਹਨਾਂ 'ਚ ਕੋਈ ਜ਼ਹਿਰੀਲਾ ਤਾਂ ਨਹੀਂ ਹੈ? ਨਹੀਂ ਨਹੀਂ ਸਰ, ਨੂੰ ਕੋਈ ਜ਼ਹਿਰੀਲਾ ਨਹੀਂ ਕਰਨਾ ਚੋ। ਅੱਛਾ, ਇਹਦਾ ਹੋਰ ਵੀ ਕੋਈ ਜਿਹੜਾ ਮੈਡੀਸਨ ਦੇ ਵਿੱਚ ਕੋਈ ਇਹਨਾਂ ਦੇ ਵਿੱਚ ਪੌਦਾ ਵਰਤਿਆ ਜਾਂਦਾ? ਸੈਕੁਲੈਂਟ ਦੇ ਵਿੱਚ ਤਾਂ ਨਹੀਂ ਵਰਤੇ ਜਾਂਦੇ, ਬਾਕੀ ਇੱਦਾਂ ਹੋਰ ਵੀ ਕੁਝ ਵਰਾਇਟੀਆਂ ਹੈਗੀਆਂ ਜਿੱਦਾਂ ਤੁਸੀਂ ਵਰਤ ਸਕਦੇ ਹੋ। ਤੁਸੀਂ ਇੱਕ ਆਹ ਵੀ ਦੇਖ ਸਕਦੇ ਹੋ ਕਿ ਨਿੱਕਾ ਜਿਹਾ ਫੁੱਲ ਲੱਗਾ ਹੋਇਆ ਆ, ਔਰ ਜਦੋਂ ਇਹ ਤੁਹਾਡੇ ਟੇਬਲ 'ਤੇ ਲੱਗੇਗਾ ਤਾਂ ਟੇਬਲ ਦੀ ਖੂਬਸੂਰਤੀ ਜਿਹੜੀ ਇਹ ਵੱਧ ਜਾਏਗੀ। ਆ ਕੇ ਬਾਹਰੋਂ ਲੋਕ ਪੁੱਛਣਗੇ ਕਿ ਇਹ ਓਰਿਜਨਲ ਹੈ, ਅਤੇ ਤੁਹਾਨੂੰ ਦੱਸ ਦਿੰਦੇ ਹਾਂ ਜਿਹੜੇ ਨਿੱਕੇ ਨਿੱਕੇ ਪਲਾਂਟ ਹੈ ਇਹ ਸਾਰੇ ਓਰਿਜਨਲ ਹੈ। ਔਰ ਇਹਨਾਂ ਦੀ ਉਮਰ ਕਿੰਨੀ ਹੈ ਅਤੇ ਕੀ ਨਾਮ ਹੈ ਕੀ ਉਸ ਪੌਦੇ ਦਾ? ਸਰ ਸੈਕਲੋਨਸ ਦੀ ਵਰਾਇਟੀ ਐਵੇਂ ਦੀ ਹੈ, ਕੋਈ ਕੈਟਸ ਹੈ, ਕੋਈ ਸਨੇਕ ਕੈਟਸ ਹੈਗਾ, ਗ੍ਰੀਨ ਫਾਇਰ ਹੈਗਾ, ਔਰ ਵੀ ਅਲੱਗ ਅਲੱਗ ਟੈਮਨ ਚੋਸਾ, ਗ੍ਰੀਨ ਫਾਇਰ, ਰੈੱਡ ਫਾਇਰ, ਔਰ ਸਨੇਕਸ ਵਰਾਇਟੀ ਹੈਗੀਆਂ ਡਰਾਫਟ ਦੇ ਵਿੱਚ ਮੇਰੇ ਕੋਲ। ਔਰ ਇਹਨਾਂ ਦਾ ਕੋਈ ਇਹ ਕਿ ਜਦੋਂ ਤੱਕ ਤੁਸੀਂ ਸੰਭਾਲ ਸਕਦੇ ਉਦੋਂ ਤੱਕ ਇਹਨਾਂ ਦੀ ਲਾਈਫ ਹੈ। ਕੈਟਸ ਕਹਿੰਦੇ ਆਕਸੀਜਨ ਵੀ ਦਿੰਦਾ ਸੱਚੇ? ਸਰ 50% ਦਿੰਦਾ ਜੀ, 50% ਆਕਸੀਜਨ ਦਿੰਦੇ ਨੇ ਆ ਪਲਾਂਟ ਆ ਛੋਟੇ ਛੋਟੇ ਜਿਹੜੇ ਦਿਖ ਰਹੇ ਨੇ ਇਹ 50% ਕਹਿੰਦੇ ਨੇ ਆਕਸੀਜਨ ਵੀ ਦਿੰਦੇ ਨੇ। ਸੋ ਆਕਾਰ 'ਚ ਭਾਵੇਂ ਛੋਟੇ ਆ ਪਰ ਫਿਰ ਵੀ ਜਿਹੜਾ ਆ ਕਾਫੀ ਵਧੀਆ ਤੁਹਾਡੇ ਘਰ ਦੇ ਵਿੱਚ ਜਿਹੜਾ ਆ ਲੱਗਣਗੇ ਜਦੋਂ ਇਹ ਟੇਬਲ ਦੇ ਉੱਤੇ ਪਏ ਹੋਣਗੇ। ਔਰ ਨਾਲ ਦੀ ਨਾਲ ਇਹਨਾਂ ਦੇ ਜਿਹੜੇ ਪੋਟ ਹੈ, ਗਮਲੇ ਆ ਜਿਹੜੇ, ਅਗਰ ਤੁਸੀਂ ਬਹੁਤ ਸੋਹਣੇ ਗਮਲੇ ਵਰਤ
ਜਿਹੜਾ ਵੀ ਬਾਹਰੋਂ ਆਏਗਾ ਇੱਕ ਵਾਰ ਜ਼ਰੂਰ ਤੁਹਾਨੂੰ ਪੁੱਛੇਗਾ। ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਔਰ ਪੂਰੀ ਨਰਸਰੀ ਦੇਖ ਸਕਦੇ ਹੋ, ਕਾਫੀ ਵੱਡੇ ਆਕਾਰ ਦੀ ਹੈ, ਕਈ ਤਰ੍ਹਾਂ ਦੇ ਪੌਦੇ ਇੱਥੇ ਮੌਜੂਦ ਹੈ। ਔਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਫੁੱਲਦਾਰ ਰੁੱਖਾਂ ਦਾ ਆਪਣਾ ਮਕਸਦ ਹੈ, ਫਲਦਾਰ ਰੁੱਖ ਜਿਹੜੇ ਨੇ ਉਹਨਾਂ ਦਾ ਆਪਣਾ ਆ। ਸੋ ਫੁੱਲ ਫਲ ਜ਼ਰੂਰ ਲਗਾਉਣੇ ਚਾਹੀਦੇ ਨੇ ਕਿਉਂਕਿ ਫੁੱਲ ਫਲ ਲਗਾਉਣ ਦੇ ਨਾਲ ਜਿਹੜਾ ਜਾਨਵਰ ਹੈ, ਪੰਛੀ ਆ ਜਿਹੜੇ ਆ ਉਹ ਵੀ ਰੱਜਦੇ ਨੇ ਅਤੇ ਮਨੁੱਖ ਵਾਸਤੇ ਵੀ ਬਹੁਤ ਵਧੀਆ। ਪਪੀਤਾ ਵੇਖ ਸਕਦੇ ਹੋ, ਕਹਿੰਦੇ ਨੇ ਕਿ ਕਰੋਨਾ ਅਗਰ ਪਪੀਤੇ ਦਾ ਜਿਹੜਾ ਪੱਤਾ ਆ ਕਹਿੰਦੇ ਆ ਅਗਰ ਡੇਂਗੂ ਹੋ ਜਾਏ ਤਾਂ ਉਹਦੇ ਲਈ ਕਾਫੀ ਲਾਭਕਾਰੀ ਹੈ, ਪਰ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਪਰ ਇਹ ਰਵਾਇਤ ਜੀ ਚੱਲ ਪਈ ਹੈ, ਹਰ ਕੋਈ ਕਹਿੰਦਾ ਆ ਕਿ ਪਪੀਤੇ ਦਾ ਪੱਤਾ ਜਿਹੜਾ ਆ ਕਾਫੀ ਲਾਭਕਾਰੀ ਹੁੰਦਾ ਆ। ਔਰ ਇੱਧਰਲੇ ਪਾਸੇ ਤੁਸੀਂ ਵੇਖ ਸਕਦੇ ਹੋ ਇਹ ਲੈਮਨ ਗ੍ਰਾਸ ਹੈ ਜੀ, ਇਹ ਲੈਮਨ ਗ੍ਰਾਸ ਹੈ, ਕਈ ਚੀਜ਼ਾਂ 'ਚ ਇਸਤੇਮਾਲ ਹੁੰਦਾ ਆ, ਇਹਦੀ ਖੁਸ਼ਬੂ ਬਹੁਤ ਸੋਹਣੀ ਹੁੰਦੀ ਹੈ। ਔਰ ਲੈਮਨ ਗ੍ਰਾਸ ਹੈ, ਹੁਣ ਪਿੱਪਲ ਦਾ ਵੀ ਰਿਵਾਜ ਜਿਹੜਾ ਸਟਾਰਟ ਹੋ ਗਿਆ ਆ, ਪਿੱਪਲ ਵੀ ਲੋਕ ਜਿਹੜਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਲੋਕਾਂ ਨੇ, ਕਿਉਂਕਿ ਪਿੱਪਲ ਦੇ ਜਿਹੜੇ ਗੁਣ ਬਹੁਤ ਜ਼ਿਆਦਾ ਹੈ, ਇਹਦੇ ਹਰ ਚੀਜ਼ 'ਚ ਗੁਣ ਹੈ। ਔਰ ਕਿਹਾ ਜਾਂਦਾ ਕਿ ਪਿੱਪਲਾ ਰਿਸ਼ੀ ਹੁੰਦਾ ਸੀ, ਉਹਦੇ ਨਾਮ ਤੋਂ ਇਹ ਪਿੱਪਲ ਨਾਮ ਪਿਆ। ਆਪਾਂ ਗੱਲਬਾਤ ਕਰ ਲੈਣੀ, ਹੁਣ ਪਿੱਪਲ ਦਾ ਰੁੱਖ ਵੀ ਲੋਕ ਲੈ ਕੇ ਜਾਂਦੇ ਸਰ? ਬਿਲਕੁਲ, ਕੋਈ 50 ਪੀਸ ਲੈਂਦਾ, ਕੋਈ 20 ਪੀਸ ਲੈਂਦਾ, ਅੱਜ ਕੱਲ੍ਹ ਇਹਦਾ ਟ੍ਰੈਂਡ ਚੱਲਦਾ ਪਿਆ ਜੀ। ਟ੍ਰੈਂਡ ਚੱਲ ਪਿਆ ਜੀ, ਪਿੱਪਲ ਦਾ ਟ੍ਰੈਂਡ ਚੱਲ ਪਿਆ ਆ, ਕਿਉਂਕਿ ਇਹ ਜਿਹੜਾ ਆ ਸਾਡੇ ਇਨਵਾਇਰਮੈਂਟ ਨੂੰ ਬਚਾ ਸਕਦਾ ਆ। ਸੋ ਇਸ ਮੌਸਮ ਦੇ ਵਿੱਚ ਤੁਸੀਂ ਵੀ ਪਿੱਪਲ ਦਾ ਰੁੱਖ ਜ਼ਰੂਰ ਲਾਓ, ਕਿਉਂਕਿ ਰੁੱਖ ਜਿਹੜਾ ਆ ਉਹ ਹਰ ਕੋਈ ਲਗਾ ਦਿੰਦਾ, ਪਰ ਕਿਹੜਾ ਲਗਾਉਣਾ ਚਾਹੀਦਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਆ, ਕਿਉਂਕਿ ਕਿਹੜਾ ਜਿਹੜਾ ਆ ਵਧੀਆ ਆਕਸੀਜਨ ਦੇ ਸਕਦਾ, ਕਿਹੜਾ ਫਲ ਦੇ ਸਕਦਾ ਆ, ਕਿਹੜੇ ਰੁੱਖ ਲਾਉਣੇ ਚਾਹੀਦੇ, ਕਿਹੜੇ ਇੱਥੇ ਜਿਹੜੇ ਆ ਪੰਜਾਬ ਦੇ ਵਿੱਚ ਵਧੀਆ ਹੁੰਦੇ ਨੇ। ਸੋ ਗੱਲਬਾਤ ਕਰ ਲੈਂਦੇ ਹਾਂ, ਹਾਂਜੀ ਕਿਹੜੇ ਜਿਹੜੇ ਰੁੱਖ ਪੰਜਾਬ 'ਚ ਲਗਾਉਣੇ ਚਾਹੀਦੇ ਤੁਹਾਨੂੰ ਕੀ ਲੱਗ ਰਿਹਾ, ਕਿਹੜੇ ਆਕਸੀਜਨ ਜ਼ਿਆਦਾ ਦਿੰਦੇ, ਫਲ ਵਾਲੇ ਕਿਹੜੇ ਆ? ਸਰ ਇਸ ਟਾਈਮ ਫਲ ਵਾਲੇ ਤੁਹਾਨੂੰ ਚੀਕੂ, ਅਮਰੂਦ, ਅਨਾਰ ਔਰ ਕੇਲਾ ਮਿਲ ਜਾਏਗਾ, ਸਟ੍ਰੋਬਰੀ ਮਿਲ ਜਾਏਗੀ, ਐਵੋਕਾਡੋ ਮਿਲ ਜਾਏਗਾ, ਮਾਲਬੈਰੀ ਮਿਲ ਜਾਏਗੀ, ਬਲੈਕਬੈਰੀ ਮਿਲ ਜਾਏਗੀ। ਪੰਜਾਬ ਦੇ ਵਿੱਚ ਉੱਗ ਜੂਗੇ? ਬਿਲਕੁਲ ਸਰ, ਹੋ ਜਾਂਦੇ, ਬੜੇ ਆਰਾਮ ਨਾਲ ਹੋ ਜਾਂਦੇ ਆ। ਆਪਾਂ ਦਿਖਾਓਗੇ ਕਿੱਥੇ ਆ? ਸੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਔਰ ਤੁਹਾਨੂੰ ਉਹ ਤਸਵੀਰਾਂ ਸ਼ਾਇਦ ਇਸ ਤੋਂ ਪਹਿਲਾਂ ਤੁਸੀਂ ਵੇਖੀਆਂ ਹੋਣਗੀਆਂ, ਅਜਿਹੇ ਫਲ ਵਾਲੇ ਰੁੱਖ ਜੋ ਪੰਜਾਬ ਦੇ ਵਿੱਚ ਹੁਣ ਜਿਹੜੇ ਨੇ ਪੈਦਾ ਹੋਣੇ ਸ਼ੁਰੂ ਹੋ ਗਏ ਨੇ। ਨਾਲ ਦੀ ਨਾਲ ਤੁਸੀਂ ਤਸਵੀਰਾਂ 'ਚ ਖੁਸ਼ਬੂ ਵਾਲੇ ਵੀ ਰੁੱਖ ਵੇਖ ਸਕਦੇ ਹੋ, ਆਹ ਦੇਖੋ ਖੁਸ਼ਬੂ ਵਾਲਾ, ਇਹਦੀ ਖੁਸ਼ਬੂ ਇੰਨੀ ਜ਼ਿਆਦਾ ਆ। ਔਰ ਇਹ ਕਿਹੜਾ ਜੀ? ਅਮਰੂਦ ਦਾ ਪੌਦਾ ਹੈਗਾ ਜੀ, ਹਰੇਕ ਆਪਣੀ ਛੋਟੀ ਹਾਈਟ ਦੇ 'ਚ ਇਹਨੇ ਫੁੱਲ ਦੇਣੇ ਸ਼ੁਰੂ ਕਰਤੇ ਆ, ਥੋੜ੍ਹੀ ਮੇਨਟੇਨਰ ਦੇ ਹਿਸਾਬ ਦੇ ਨਾਲ ਆ, ਮਗਰ ਇਹ ਤੁਹਾਨੂੰ ਜਲਦੀ ਤੋਂ ਜਲਦੀ ਫਲ ਖਵਾ ਦੇਗਾ, ਆਹ ਦੇਖੋ ਜੀ। ਜੀ ਹਾਂ, ਆਪਣੇ ਘਰ ਹੀ ਗਮਲੇ ਦੇ ਵਿੱਚ ਜਿਹੜਾ ਤੁਸੀਂ ਫਲ ਲਗਾ ਸਕਦੇ ਹੋ, ਔਰ ਛੋਟਾ ਜਿਹਾ ਪੌਦਾ ਆ, ਇਹਨੂੰ ਆਪਣੇ ਗਮਲੇ ਦੇ ਵਿੱਚ ਲਗਾਓ। ਔਰ ਇਸ ਤੋਂ ਇਲਾਵਾ ਗਮਲੇ ਦੇ 'ਚ ਤੋਂ ਇਲਾਵਾ ਵੀ ਤੁਸੀਂ ਜਿਹੜਾ ਆਪਣੀ ਗਲੀ ਦੇ ਵਿੱਚ, ਮੁਹੱਲੇ 'ਚ, ਏਰੀਏ 'ਚ ਲਗਾਓ ਫਲ ਵਾਲੇ ਰੁੱਖ ਜਿਹੜੇ ਨੇ, ਪੰਛੀਆਂ ਨੂੰ ਇਨਵੀਟੇਸ਼ਨ ਦਿੰਦੇ ਨੇ, ਜੇ ਪੰਛੀਆਂ ਦੀ ਆਵਾਜ਼ ਸੁਣਨਾ ਚਾਹੁੰਦੇ ਹੋ ਤਾਂ ਇਹ ਰੁੱਖ ਜ਼ਰੂਰ ਲਾਓ। ਕੇਲੇ ਦੇ ਪੱਤੇ ਵੇ ਤੁਸੀਂ ਵੇਖ ਸਕਦੇ ਹੋ, ਕੇਲੇ ਦੇ ਪਲਾਂਟ ਇਹ ਛੋਟੇ ਛੋਟੇ। ਔਰ ਜੇ ਤੁਹਾਨੂੰ ਕੇਲੇ ਜਿਹੜੇ ਨੇ ਬਿਲਕੁਲ ਮਸਾਲੇ ਵਾਲੇ ਨਹੀਂ ਚਾਹੀਦੇ ਤਾਂ ਇਹ ਪੌਦਾ ਜਿਹੜਾ ਆਪ ਲਗਾਓ। ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਣਾ ਕਿ ਅੱਜ ਤੋਂ 4 ਸਾਲ ਪਹਿਲਾਂ ਮੈਂ ਕਿਸੇ ਦੇ ਓਰੀਜਨਲ ਕੇਲੇ ਦਾ ਦਰਖਤ ਲੱਗਿਆ ਸੀ, ਉੱਥੋਂ ਮੈਂ ਉਹਨਾਂ 2-3 ਜਿਹੜੇ ਫਲ ਤੋੜੇ ਅਤੇ ਫਲ ਤੋੜ ਕੇ ਜਿਹੜੇ ਖਾਧੇ, ਉਹ ਫਲ ਦਾ ਸਵਾਦ ਹੀ ਡਿਫਰੈਂਟ ਹੈ। ਬਿਲਕੁਲ ਸਹੀ ਗੱਲ ਨਹੀਂ, ਸਵਾਦ ਡਿਫਰੈਂਟ। ਬਿਲਕੁਲ ਸਰ, ਟੇਸਟ ਅਲੱਗ ਹੋ ਜਾਂਦਾ, ਜੇ ਆਪ ਤੁਸੀਂ ਫਲ ਸੰਭਾਲ ਲੂੰਗੇ ਨਾ ਉਹਦਾ ਟੇਸਟ ਹੀ ਅਲੱਗ ਹੋਏਗਾ ਸਰ ਜੀ। ਟੇਸਟ ਬਹੁਤ ਜ਼ਿਆਦਾ ਵੱਖਰਾ ਹੋਏਗਾ। ਔਰ ਇੱਧਰਲੇ ਪਾਸੇ ਆ ਨਿੰਬੂ, ਆ ਕੀ ਹੈ ਜੀ? ਇਹ ਨਾਰੰਗੀ ਹੈ, ਚਾਈਨਾ ਔਰੇਂਜ, ਇਹਨੂੰ ਆਲ ਟਾਈਮ ਫਲਾਵਰ ਰਹਿੰਦਾ ਜੀ, ਇਹ ਚਾਈਨਾ ਔਰੇਂਜ ਆ। ਅੱਛਾ, ਇਹ ਖਾਣ ਦੇ ਕੰਮ ਵੀ ਜਾਂਦਾ, ਮੈਂ ਕਈ ਵਾਰ ਦੇਖਿਆ ਛੋਟੇ ਛੋਟੇ ਰਹਿੰਦੇ ਸਰ, 6 ਪੀਸ ਰਹਿ ਜਾਂਦਾ ਸਰ, ਵੱਧ ਤੋਂ ਵੱਧ ਇਹਦਾ 4 ਬਣ ਜਾਂਦਾ, ਹੋਰ ਕੁਛ ਨਹੀਂ ਹੈ ਜੀ, ਬਸ 6 ਪੀਸ ਵਾਸਤੇ ਹੈ। ਅੱਛਾ, ਇਹਦਾ ਅਚਾਰ ਬਣ ਜਾਂਦਾ ਆ, ਸੋ ਅਚਾਰ ਵਾਸਤੇ ਤਾਂ ਬਿਹਤਰੀਨ ਹੈ। ਔਰ ਨਾਲ ਦੀ ਨਾਲ ਸਾਰੇ ਪਾਸੇ ਝਾਤ ਮਾਰੋ, ਦੇਖੋ ਕਿੰਨੇ ਸੋਹਣੇ ਪੌਦੇ ਨੇ। ਹੋਰ ਕਿਹੜਾ ਫਲ ਵਾਲਾ ਦਿਖਾਉਣ ਜਾ ਰਹੇ ਸਰ? ਇਹ ਮੈਂਗੋ ਹੈਗਾ ਆਪਣੇ ਕੋਲ ਜੀ, ਇਹ ਆਪਣਾ ਅਮਰਪਾਲੀ ਹੈ, ਲੰਗੜਾ ਵੀ ਕਹਿੰਦੇ 'ਚ, ਬਾਰਾਮਸੀ ਵੀ ਹੈਗਾ, ਤਿੰਨੋਂ ਵਰਾਇਟੀ ਹੈ, ਤੁਹਾਨੂੰ ਅਗਲੇ ਸੀਜ਼ਨ 'ਚ ਫਲ ਦੇ ਦੇਗਾ ਜੀ। ਅਗਲੇ ਸੀਜ਼ਨ ਦੇ ਵਿੱਚ ਜੇ ਤੁਸੀਂ ਅੰਬ ਵੀ ਆਪਣੇ ਖਾਣੇ ਆ ਤਾਂ ਆਹ ਦੇਖੋ ਇੱਥੋਂ ਮਿਲ ਜੂਗੇ, ਔਰ ਬਹੁਤ ਹੀ ਕਿਫਾਇਤੀ ਰੇਟਾਂ ਦੇ ਉੱਤੇ ਇੱਥੋਂ ਮਿਲ ਜਾਂਦੇ ਨੇ। ਹੋਰ ਕਿਹੜੇ ਕਿਹੜੇ ਆ ਜੀ? ਸਰ ਹੋਰ ਤਾਂ ਮੇਰੇ ਦੂਜੇ ਪਾਸੇ ਪਏ ਹੋਏ ਨੇ, ਇੱਧਰ ਆਪਣੇ ਕੋਲ ਫਿਲਹਾਲ ਡੈਕੋਰੇਸ਼ਨ ਵਾਲੇ ਪਏ ਹੋਏ ਨੇ, ਜਿਹੜੇ ਆਪਣਾ ਤੁਸੀਂ ਫਾਰਮ ਹਾਊਸ ਵਗੈਰਾ 'ਚ ਲਗਾ ਸਕਦੇ ਹੋ, ਫੋਕਸਟਰ ਪਾਮ ਵਗੈਰਾ, ਬੋਰਡਰ ਪਾਮ, ਚੰਪਾ, ਸਟਾਰਲਾਈਟ, ਫਾਈਕਸ, ਟਰਬੋ ਨੇਲੀਆ, ਔਰ ਇਹ ਬੋਰਡਰ ਪਾਮਸ ਪਏ ਹੋਏ ਨੇ ਆਪਣੇ ਕੋਲ, ਹੋਰ ਵੀ ਅਲੱਗ ਅਲੱਗ ਵਰਾਇਟੀਆਂ ਉੱਧਰ ਪਈਆਂ ਹੋਈਆਂ, ਚਾਰੋਂ ਪਾਸੇ ਪਈਆਂ ਹੋਈਆਂ, ਚਾਰੋਂ ਪਾਸੇ ਜਿਹੜੇ ਅਲੱਗ ਅਲੱਗ ਤਰ੍ਹਾਂ ਦੇ ਫਲਦਾਰ ਪੌਦੇ ਜਿਹੜੇ ਤੁਹਾਨੂੰ ਮਿਲ ਜਾਣਗੇ। ਔਰ ਰਾਜ ਨਰਸਰੀ ਹੈ ਢੋਲੇਵਾਲ ਦੇ ਵਿੱਚ, ਬੜੀ ਮਸ਼ਹੂਰ ਹੈ, ਮਿਲਟਰੀ ਕੈਂਪ ਦੇ ਲਾਗੇ ਆ। ਔਰ ਅਸੀਂ ਜਿਹੜਾ ਤੁਹਾਨੂੰ ਇੱਕ ਪੂਰਾ ਰਾਉਂਡ ਘੁੰਮ ਕੇ ਜਿਹੜਾ ਦਿਖਾ ਰਹੇ ਹਾਂ, ਚਾਰੇ ਪਾਸੇ ਤੁਸੀਂ ਝਾਤ ਮਾਰੋਗੇ, ਹਰਿਆਲੀ ਔਰ ਸਾਹ ਖੁੱਲ੍ਹਾ ਆਉਂਦਾ ਆ। ਔਰ ਇੱਕ ਚੀਜ਼ ਹੋਰ ਤੁਹਾਨੂੰ ਦਿਖਾ ਦਿੰਦਾ, ਇੱਥੇ ਇੱਥੇ ਆ ਬੇਲ, ਸ਼ਾਇਦ ਕਹਿੰਦੇ ਆ ਇਹਨੂੰ,
ਇਹਦਾ ਫਲ ਕਹਿੰਦੇ ਆ ਕਿ ਬਹੁਤ ਵਧੀਆ ਹੁੰਦਾ ਹੈ, ਕਾਹਦੇ ਕਾਹਦੇ ਵਾਸਤੇ ਇਹ ਫਲ ਵਰਤਿਆ ਜਾਂਦਾ ਹੈ ਵੀ ਪਤਾ ਕਰ ਲੈਣੇ, ਇਹ ਕਾਹਦੇ ਕਾਹਦੇ ਚੀਜ਼ਾਂ 'ਚ ਫਲ ਆਉਂਦਾ? ਸਰ ਜੀ ਜਿੱਦਾਂ ਕਿਸੇ ਨੂੰ ਦਸਤ ਵਗੈਰਾ ਲੱਗ ਜਾਣ ਇਹ ਉਹਨਾਂ 'ਚ ਬੈਸਟ ਹੁੰਦਾ, ਵੈਸੇ ਫਲ ਇਹ ਠੰਡਾ ਹੁੰਦਾ ਹੈ, ਇਹ ਸਿਰਫ ਗਰਮੀਆਂ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਹੈ। ਇਹ ਗਰਮੀਆਂ ਵਾਲਾ ਫਲ ਹੈ ਔਰ ਕਹਿੰਦੇ ਨੇ ਕਿ ਕਈ ਰੋਗ ਵੀ ਦੂਰ ਕਰਦਾ ਆ। ਇਸ ਤਰ੍ਹਾਂ ਦਾ ਇੱਕ ਹੋਰ ਪੌਦਾ ਅੱਜ ਕੱਲ੍ਹ ਬੜਾ ਇੰਟਰਨੈਟ 'ਤੇ ਮਸ਼ਹੂਰ ਹੈ ਕਿ ਕਹਿੰਦੇ 200 ਬਿਮਾਰੀਆਂ ਨੂੰ ਦੂਰ ਕਰਦਾ ਹੈ ਇੱਕ ਪੌਦੇ ਦੇ ਪੱਤੇ, ਜਾਣਦੇ ਹੋ ਕੁਛ ਹੈ ਜਿਹਨ ਦੇ ਵਿੱਚ ਕੋਈ? ਸਰ ਨਹੀਂ, ਮੇਰੇ ਕੋਲ ਸ਼ੂਗਰ ਵਾਲੇ ਹੈਗੇ ਨੇ ਇਸ ਟਾਈਮ, ਜਿੱਦਾਂ ਇਨਸੂਲਿਨ ਵਗੈਰਾ ਪਏ ਔਰ ਸਟੀਵੀਆ ਵਗੈਰਾ ਪਏ ਹੋਏ ਨੇ। ਸਟੀਵੀਆ ਦਾ ਤਾਂ ਕਾਫੀ ਜ਼ਿਆਦਾ। ਹਾਂਜੀ ਹਾਂਜੀ, ਹੁਣ ਇਨਸੂਲਿਨ ਦਾ ਵੀ ਕਾਫੀ ਸਾਰਾ ਹੁਣ ਚੱਲਦਾ ਪਿਆ, ਟ੍ਰੈਂਡ ਚੱਲਦਾ ਪਿਆ। ਇਨਸੂਲਿਨ ਵਾਲਾ ਕਹਿੰਦੇ ਪੌਦਾ ਜਲਦੀ ਖਰਾਬ ਹੋ ਜਾਂਦਾ ਹੈ? ਸਰ ਮੌਸਮ ਦੇ ਮੇਨਟੇਨੈਂਸ ਦੇ ਉੱਪਰ ਡਿਪੈਂਡ ਹੈ ਨਾ, ਸਾਡੇ ਕੋਲ ਆਲ ਟਾਈਮ ਚੱਲਦੇ ਰਹਿੰਦੇ, ਕਈ ਕਸਟਮਰ ਮਹੀਨਾ ਨਹੀਂ ਸੰਭਾਲ ਪਾਉਂਦੇ ਸਰ, ਇਹ ਚੱਕਰ ਪੈਂਦਾ ਜੀ। ਸ਼ੂਗਰ ਵੀ ਆ ਅਤੇ ਪੌਦਿਆਂ ਦੇ ਉੱਤੇ ਮੈਡੀਸਨ, ਤਾਂ ਤੁਸੀਂ ਖੈਰ ਤੁਸੀਂ ਡਾਕਟਰ ਦੀ ਸਲਾਹ ਨਾਲ ਜੋ ਵੀ ਤੁਹਾਨੂੰ ਦਿੰਦੇ ਉਹ ਲੈਂਦੇ ਰਹਿਣਾ, ਕਿਉਂਕਿ ਨਾਲ ਦੀ ਨਾਲ ਜਿਹੜਾ ਦੇਸੀ ਜਿਹੜੀਆਂ ਚੀਜ਼ਾਂ ਆ ਇਹ ਸਾਡੇ ਵਿਰਸੇ 'ਚ ਆਈਆਂ ਆ, ਆਪਾਂ ਕਹਿ ਲਈਏ ਸਾਡਾ ਅਮੀਰ ਵਿਰਸਾ, ਅਸੀਂ ਕਈ ਚੀਜ਼ਾਂ ਦੀ ਰਿਸਰਚ ਕੀਤੀ ਹੋਈ ਹੈ ਸਾਡੇ ਪੁਰਖਾਂ ਨੇ ਅਗਰ ਕਹਿ ਲਈਏ, ਔਰ ਪੰਜਾਬ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਰੁੱਖ ਹੈ ਉਹਨਾਂ ਤੋਂ ਕਈ ਮੈਡੀਸਨ ਵੀ ਬਣਦੀਆਂ ਨੇ, ਔਰ ਅੱਜ ਤੁਹਾਨੂੰ ਰਾਜ ਨਰਸਰੀ ਦਿਖਾ ਰਹੇ ਹਾਂ ਜਿੱਥੋਂ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕਾ ਹਰੀ ਭਰੀ ਹੈ, ਅਤੇ ਤੁਸੀਂ ਵੀ ਆਪਣਾ ਆਲਾ ਦੁਆਲਾ ਹਰਾ ਭਰਿਆ ਜ਼ਰੂਰ ਕਰੋ। ਜੇ ਤੁਸੀਂ ਵੀ ਔਨਲਾਈਨ ਪੌਦੇ ਖਰੀਦਣਾ ਚਾਹੁੰਦੇ ਹੋ, ਤੁਸੀਂ ਪੌਦਿਆਂ ਦੀ ਚਾਹਤ ਰੱਖਦੇ ਹੋ, ਤੁਹਾਨੂੰ ਕਿਤੋਂ ਵੀ ਪੌਦਾ ਨਹੀਂ ਮਿਲਦਾ, ਅਤੇ ਇਸ ਰਾਜ ਨਰਸਰੀ ਦੇ ਵਿੱਚ ਜਿਹੜਾ ਤੁਸੀਂ ਆ ਸਕਦੇ ਹੋ ਢੋਲੇਵਾਲ ਲੁਧਿਆਣਾ ਦੇ ਵਿੱਚ, ਔਰ ਇਹਨਾਂ ਦਾ ਫੋਨ ਨੰਬਰ ਵੀ ਤੁਹਾਨੂੰ ਦੇ ਦੇਣੇ। ਕੀ ਨੰਬਰ ਹੈ ਤੁਹਾਡਾ? ਸਰ 9780-8906-067 ਇਹ ਆਪਣਾ ਪਰਸਨਲ ਨੰਬਰ ਹੈ, ਪਾਪਾ ਦਾ ਨੰਬਰ ਹੈ 9812-19127। ਇਹ ਰਾਜ ਨਰਸਰੀ ਸ਼ੇਰਪੁਰ ਚੌਂਕ ਨੀਅਰ ਮਿਲਟਰੀ ਕੈਂਪ ਦੇ ਨਾਲ ਨਰਸਰੀ ਹੈਗੀ ਸਰ ਜੀ। ਸੋ ਤੁਸੀਂ ਇੱਥੇ ਆ ਕੇ ਆਪਣਾ ਮਨਪਸੰਦ ਪੌਦਾ ਜਿਹੜਾ ਆ ਲੈ ਸਕਦੇ ਹੋ, ਆਪਣੇ ਦੋਸਤਾਂ ਨੂੰ ਗਿਫਟ ਕਰ ਸਕਦੇ ਹੋ।